ਬੱਬੂ ਮਾਨ ਜਿੰਦਾਬਾਦ ਬੱਬੂ ਮਾਨ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਗੁਰਮੀਤ ਸਿੰਘ। ਅੱਜ ਬੱਬੂ ਮਾਨ ਸਾਹਿਬ ਦੀ ਫਿਲਮ ਰਿਲੀਜ਼ ਹੋ ਚੁੱਕੀ ਹੈ। ਇਕੱਠ ਬਹੁਤ ਜ਼ਿਆਦਾ ਬਠਿੰਡਾ ਸ਼ਹਿਰ ਦੇ ਵਿੱਚ ਬਹੁਤ ਜ਼ਿਆਦਾ ਆਡੀਅੰਸ ਆਈ ਹੋਈ ਹੈ ਅਤੇ ਇਕੱਠ ਅੱਜ ਬਹੁਤ ਜ਼ਿਆਦਾ ਹੈ। ਲੋਕ ਗਲਾਂ ਵਿੱਚ ਕੈਂਠੇ ਪਾ ਕੇ ਪਹੁੰਚੇ ਹੋਏ ਨੇ ਅਤੇ ਲੋਕਾਂ ਦਾ ਉਤਸ਼ਾਹ ਵੀ ਚੈੱਕ ਕਰ ਸਕਦੇ ਨੇ। ਇਕੱਠ ਅੱਜ ਦਾ ਬਹੁਤ ਜ਼ਿਆਦਾ ਹੋਇਆ ਅਤੇ ਮੌਲ ਬਿਲਕੁਲ ਫੁੱਲ ਹੈ। ਜਿੰਨੇ ਵੀ ਹਾਊਸ ਫੁੱਲ ਨੇ ਸਾਰੇ ਚੈੱਕ ਵੀ ਕਰ ਸਕਦੇ ਹੈ ਅਤੇ ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਗੁਰਮੀਤ ਸਿੰਘ ਤਲਵੰਡੀ ਸਾਬੋ ਤੋਂ। ਜਿਵੇਂ ਕਿ ਸਾਰੇ ਭਰਾਵਾਂ ਨੂੰ ਪਤਾ, ਅੱਜ ਹੈ ਬੀਟਿੰਗ ਅਤੇ ਬੱਬੂ ਮਾਨ ਦੀ ਸੋਨਾ ਫਿਲਮ ਦੀ ਰਿਲੀਜ਼ ਹੋ ਚੁੱਕੀ ਹੈ ਤਾਂ ਫਿਲਮ ਦਾ ਜਿਹੜਾ ਫਸਟ ਸ਼ੋਅ ਆ ਉਹ ਦੇਖ ਚੁੱਕੇ ਨੇ ਲੋਕ। ਆਓ ਭਾਈ ਨੇ ਦਰਸ਼ਕ ਜਿੰਨੇ ਵੀ ਇੱਥੇ ਫਿਲਮ ਦੇਖਣ ਆਏ ਸੀ ਉਹਨਾਂ ਦਾ ਰਿਵਿਊ ਵੀ ਲੈਂਦੇ ਵੀ ਜਿਹੜੀ ਫਿਲਮ ਕਿਵੇਂ ਲੱਗੀ। ਤਾਂ ਜਿੰਨੇ ਵੀ ਫਿਲਮ ਖਤਮ ਹੋ ਚੁੱਕੀ ਹੈ ਸਾਰੇ ਬਹੁਤ ਜ਼ਿਆਦਾ ਪਿਆਰ ਲੋਕ ਜਿਹੜਾ ਦੇ ਰਹੇ ਨੇ ਫਿਲਮ ਦਾ, ਅੱਜ ਸਭ ਤੋਂ ਰਿਵਿਊ ਲੈਂਦੇ ਹਾਂ ਆਪਾਂ। ਬਾਲੀ ਸਰਾ ਸੀ ਮੂਵੀ ਦਾ ਬਹੁਤ ਇੰਟਰਸਟਿੰਗ ਨੰਬਰ ਲੈਣੇ ਚਾਹੋਗੇ ਕਿਵੇਂ ਲੱਗੀ ਐਂਡ ਮੂਵੀ ਐਂਡ ਗੱਲ ਵਧੀਆ ਲੱਗੀ ਕਿਵੇਂ ਲੱਗੀ ਭਰਾ ਮੂਵੀ? ਬਹੁਤ ਵਧੀਆ ਮੂਵੀ, ਦੱਸ ਦਿਓ ਕਿੰਨੇ ਨੰਬਰ ਲਿਓ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮੈਂ ਗੁਰਮੀਤ ਸਿੰਘ ਅਤੇ ਮੇਰੇ ਨਾਲ ਮੇਰਾ ਭਰਾ ਸੰਦੀਪ ਸਿੰਘ। ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ। ਅੱਜ ਹੈ ਜੀ ਇੱਕ ਬਹੁਤ ਹੀ ਮੰਨ ਲਓ ਵੀ ਐਕਸਾਈਟਡ ਡੇ, ਯਾਨੀ ਕਿ ਅੱਜ ਰਿਲੀਜ਼ ਹੋ ਰਹੀ ਹੈ ਜੀ ਫਿਲਮ ਸੁੱਚਾ ਸੂਰਮਾ ਅਤੇ ਅਸੀਂ ਫਿਲਮ ਦੇਖਣ ਜਾ ਰਹੇ। ਸਾਰਿਆਂ ਨਾਲ ਪਹਿਲਾ ਸ਼ੋਅ ਜਿਹੜਾ ਅਸੀਂ ਬੁੱਕ ਕੀਤਾ ਹੋਇਆ ਜੀ 9:15 'ਤੇ ਫਸਟ ਸ਼ੋਅ ਹੈ ਇਹਦਾ ਅਤੇ ਅੱਜ ਬਹੁਤ ਜ਼ਿਆਦਾ ਖੱਪ ਪੈਣ ਵਾਲੀ ਹੈ ਸਿਨੇਮਾ ਘਰਾਂ ਦੇ ਵਿੱਚ ਅਤੇ ਸਾਰੀ ਵੀਡੀਓ ਦਿਖਾਵਾਂਗੇ ਤਾਂ ਬਲੌਗ ਦੇ ਲਾਸਟ ਤੱਕ ਮੈਂ ਸਾਰਾ ਦਿਖਾਉਣੇ ਬਲੌਗ ਵੀ ਬਠਿੰਡਾ ਦੇ ਵਿੱਚ ਕਿੱਦਾਂ ਕਿੱਦਾਂ ਕੀ ਸਿਸਟਮ ਹੋਇਆ ਅੱਜ ਫਿਲਮ ਦੇਖ ਕੇ ਤੁਹਾਨੂੰ ਬਹੁਤ ਨਜ਼ਾਰਾ ਆਉਣ ਵਾਲਾ, ਤਾਂ ਵੀਡੀਓ ਪੂਰੀ ਦੇਖੋ। ਜੀ ਆਪਾਂ ਇਸ ਟਾਈਮ ਪਹੁੰਚ ਚੁੱਕੇ ਹਾਂ ਮਿੱਤਲ ਮਾਲ ਦੇ ਵਿੱਚ। ਅੰਦਰ ਜਾ ਕੇ ਤੁਹਾਨੂੰ ਦਿਖਾਉਂਦੇ ਹਾਂ ਵੀ ਕੀ ਕੁਛ ਹੋ ਰਿਹਾ। ਲਓ ਜੀ ਸੁੱਚਾ ਸੂਰਮਾ ਦੇਖਣ ਆਪਾਂ ਪਹੁੰਚੇ ਹੋਏ ਹਾਂ ਅੱਜ। ਆਡੀਅੰਸ ਦੇਖ ਸਕਦੇ ਹੋ ਤੁਸੀਂ, ਬਹੁਤ ਜ਼ਿਆਦਾ ਲੋਕ ਜਿਹੜੇ ਆ ਰਹੇ ਨੇ, ਗਲਾਂ 'ਚ ਕੈਂਠੇ ਵੀ ਪਾਏ ਹੋਏ ਨੇ ਅਤੇ ਇਕੱਠ ਬਹੁਤ ਜ਼ਿਆਦਾ ਅੱਜ ਸਿਨੇਮੇ ਦੇ ਵਿੱਚ। ਐਂਟਰੀ ਸਾਰਿਆਂ ਦੇ ਅੰਦਰ ਹੋ ਚੁੱਕੀ ਆ, ਬਾਕੀ ਤੁਸੀਂ ਬਜ਼ੁਰਗ ਵੀ ਜਿਹੜੇ ਪਹੁੰਚੇ ਹੋਏ ਨੇ ਚੈੱਕ ਕਰ ਸਕਦੇ ਹੋ। ਕਿਵੇਂ ਲੱਗੀ ਬਾਈ ਮੂਵੀ? ਕਿਵੇਂ ਲੱਗੀ ਬਾਈ ਜੀ ਮੂਵੀ? ਬਹੁਤ ਵਧੀਆ ਲੱਗੀ ਬਾਈ ਜੀ। ਕਿਵੇਂ ਲੱਗੀ ਵੀਰੇ ਮੂਵੀ? ਕੋਈ ਵੱਖਰਾ ਕੀਤਾ ਕਿ ਨਹੀਂ ਬਾਈ? ਵਧੀਆ ਸੀ, ਸਿਰਾ ਸੀ, ਕੀਤਾ ਮਾਨ ਸਾਹਿਬ ਨੇ ਵਧੀਆ। ਕਿਵੇਂ ਲੱਗੀ ਵੀਰੇ? ਕਿਵੇਂ ਲੱਗੀ ਬਾਈ ਜੀ ਮੂਵੀ? ਬਹੁਤ ਵਧੀਆ। ਵੱਖਰਾ ਕੀਤਾ ਕੁਛ ਮਾਨ ਸਾਹਿਬ ਨੇ? ਬਾਕੀ ਤੁਸੀਂ ਸ਼ੋਅ ਦੇਖ ਸਕਦੇ ਹੋ, ਇਕੱਠ ਬਹੁਤ ਜ਼ਿਆਦਾ ਸੀਗਾ ਅੱਜ ਦੇ ਟਾਈਮ ਵਿੱਚ। ਕਿਵੇਂ ਲੱਗੀ ਵੀਰੇ ਮੂਵੀ? ਕੀਤਾ ਕੁਛ ਵੱਖਰਾ ਮਾਨ ਸਾਹਿਬ ਨੇ? ਕਿਵੇਂ ਲੱਗੀ ਬਾਈ ਜੀ ਫਿਲਮ? ਕਿਵੇਂ ਲੱਗੀ ਭਰਾ ਮੂਵੀ? ਕਿਵੇਂ ਲੱਗੀ ਬਾਈ? ਵਧੀਆ ਸੀ। ਕਿਵੇਂ ਲੱਗੀ?
ਹੋਰ ਬਾਈ ਜੀ ਵਧੀਆ ਲੱਗੀ ਮੂਵੀ? ਬਾਈ ਜੀ ਗਾਣਾ ਕੈਂਠੇ ਪਾ ਕੇ ਆਏ ਨੇ, ਕਿਹੜੀ ਜਗ੍ਹਾ ਤੋਂ ਆਏ ਬਾਈ ਜੀ? ਕਿਵੇਂ ਲੱਗੀ ਫਿਲਮ? ਪੈਸਾ ਲਾਇਆ ਮੁੱਲ ਮੁੜ ਗਿਆ? ਕਿਵੇਂ ਲੱਗੀ ਬਾਈ ਜੀ ਫਿਲਮ? ਸਵਾਦ ਆਇਆ ਦੇਖਣ ਦਾ? ਠੀਕ ਹੈ ਜੀ, ਲਓ ਜੀ ਅੱਜ ਦੇ ਬਠਿੰਡੇ ਦਾ ਫਸਟ ਸ਼ੋਅ, ਬਹੁਤ ਜ਼ਿਆਦਾ ਭੀੜ ਸੀ, ਹਾਊਸਫੁੱਲ ਸੀ ਜਮਾਂ ਸਿਨੇਮਾ ਪੂਰਾ, ਅਤੇ ਬੱਬੂ ਮਾਨ ਸਾਹਿਬ ਦੇ ਮੂਵੀ ਰਿਕਾਰਡ ਤੋੜ ਦਿੱਤਾ। ਇੰਨਾ ਜ਼ਿਆਦਾ ਇਕੱਠ ਕਦੇ ਵੀ ਕਿਸੇ ਫਿਲਮ 'ਚ ਅਸੀਂ ਨਹੀਂ ਦੇਖਿਆ, ਕਿਉਂਕਿ ਤੁਸੀਂ ਦੇਖ ਸਕਦੇ ਹੋ। ਬਾਈ ਜੀ ਕਿਵੇਂ ਲੱਗੀ ਫਿਲਮ? ਦੇਖਣ ਦਾ ਸਵਾਲ ਆਇਆ, ਕੀ ਕਹਿਣਾ ਚਾਹੋਗੇ ਆਡੀਅੰਸ ਨੂੰ? ਵੀ ਕਹਿਣਾ ਚਾਹੋਗੇ? ਚਾਰੇ ਸਾਈਡਾਂ ਨੂੰ ਚੈੱਕ ਕਰ ਸਕਦੇ ਹੋ, ਸਿਨੇਮਾ ਜਿਹੜਾ ਬਿਲਕੁਲ ਫੁੱਲ ਸੀਗਾ। ਤੁਸੀਂ ਦੇਖ ਸਕਦੇ ਹੋ ਜਿੰਨੇ ਵੀ ਲੋਕ ਜਿਹੜੇ ਆਏ ਨੇ ਬਠਿੰਡਾ ਸ਼ਹਿਰ ਦੇ ਵਿੱਚ, ਬਹੁਤ ਜ਼ਿਆਦਾ ਆਏ ਨੇ, ਇਕੱਠ ਬਹੁਤ ਜ਼ਿਆਦਾ ਹੋ ਚੁੱਕਿਆ ਸੀ ਬੱਬੂ ਮਾਨ ਦੀ ਫਿਲਮ ਦੇ ਵਿੱਚ। ਇਕੱਠ ਨਾ ਹੋਵੇ ਤੁਸੀਂ ਦੇਖ ਸਕਦੇ ਹੋ, ਬਹੁਤ ਜ਼ਿਆਦਾ ਬੱਬੂ ਮਾਨ ਦੇ ਫਿਲਮ ਦੇ ਚਰਚੇ ਅਕਸਰ ਤੁਸੀਂ ਸੁਣੇ ਹੋਣਗੇ, ਇਕੱਠ ਬਹੁਤ ਜ਼ਿਆਦਾ ਹੈ। ਇਸ ਟਾਈਮ ਮੌਲ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਫੁੱਲ ਹੋ ਚੁੱਕਿਆ। ਦੋਸਤੋ ਮੈਂ ਗੁਰਮੀਤ ਸਿੰਘ, ਅੱਜ ਬੱਬੂ ਮਾਨ ਸਾਹਿਬ ਦੀ ਜਿਹੜੀ
ਆਡੀਅੰਸ ਆਈ ਹੋਈ ਹੈ ਅਤੇ ਇਕੱਠ ਅੱਜ ਬਹੁਤ ਜ਼ਿਆਦਾ ਹੈ, ਲੋਕ ਗਲਾਂ ਵਿੱਚ ਕੈਂਠੇ ਪਾ ਕੇ ਪਹੁੰਚੇ ਹੋਏ ਨੇ ਅਤੇ ਲੋਕਾਂ ਨੇ ਪੰਜਾਬ ਦੀ ਸਿਆਕਾ ਅਸਰ ਕਰੀ ਇਕੱਠ ਅੱਜ ਦਾ ਬਹੁਤ ਜ਼ਿਆਦਾ ਹੋਇਆ ਅਤੇ ਮੌਲ ਬਿਲਕੁਲ ਫੁੱਲ ਹੈ, ਜਿੰਨੇ ਵੀ ਆਊਟਪੁੱਟ ਨੇ ਸਾਰੇ ਚੈੱਕ ਵੀ ਕਰ ਸਕਦੇ ਹੋ ਅਤੇ ਬਾਕੀ ਸਾਰੇ ਕੰਡੀਸ਼ਨ ਚੈੱਕ ਕਰ ਸਕਦੇ ਹੋ। ਜਿੰਦਾਬਾਦ।